ਕੌਮ ਕੀ ਹਾਲ ਚਾਲ ਨੇ? ਠੀਕ ਹੋ ਤੁਸੀਂ? ਬਸ ਯਾਰ ਠੀਕ ਹੈ, ਮੈਂ ਹਾਂ ਨਵੀਦ, ਮੈਂ ਤੁਹਾਡਾ ਭਾਈ। ਤੁਸੀਂ ਦੇਖ ਰਹੇ ਹੋ ਇਸ ਟਾਈਮ ਯੂਟਿਊਬ 'ਤੇ ਨਵੀਦ ਵਿਲੇਜ ਵਲੌਗਸ ਯੂਟਿਊਬ ਚੈਨਲ। ਜਨਾਬ ਅੱਜ ਤੁਹਾਨੂੰ ਮੈਂ ਵਿਖਾ ਰਿਹਾ ਕਿ ਬਾਰਿਸ਼ ਤੂਫਾਨ ਦੀ ਵਜ੍ਹਾ ਕੋਲੋਂ ਸਾਡੇ ਇਲਾਕੇ ਦੀ ਜਿਹੜੀਆਂ ਫਸਲ ਸੀ, ਇਹ ਕੀ ਕਹਿੰਦੇ ਆ, ਕਪਾਸ, ਉਹ ਬਿਲਕੁਲ ਤਬਾਹ ਹੋ ਗਈ ਹੈ। ਆਹ ਤੁਹਾਨੂੰ ਮੈਂ ਦਿਖਾਉਣਾ ਜੀ, ਠੀਕ ਹੈ? ਫਿਰ ਗੱਲ ਕਰਨੇ, ਪਹਿਲੇ ਵੇਖ ਲਓ, ਇੱਧਰ ਵੇਖੋ, ਇਹ ਖੇਲਾ ਪਈਆਂ ਨੇ ਖਾਲੀ ਦੇ ਖਾਲੀ, ਵੇਖਦੇ ਪਏ ਹੋ? ਇਹ ਇੱਕ ਬੂਟਾ ਨਜ਼ਰ ਆ ਰਿਹਾ, ਫਿਰ ਅੱਗੇ ਦੇਖੋ ਸਾਰੀਆਂ, ਇਹ ਬੂਟਾ ਇੱਕ ਇਹ ਦੇਖਾ, ਬਾਕੀ ਦੇਖ ਸਕਦੇ ਹੋ ਕੁਛ ਵੀ ਨਹੀਂ ਹੈਗਾ। ਇੱਧਰ ਦੇਖੋ ਖਾਲੀ, ਸਾਰੀ ਕਪਾਹ ਐਵੇਂ ਸਮਝੋ ਬਰਬਾਦ ਹੋ ਗਈ ਆ। ਕਿੱਥੇ ਕਿੱਥੇ ਕੋਈ ਬੂਟਾ ਨਜ਼ਰ ਆਉਂਦਾ ਆਉਂਦਾ ਨਹੀਂ, ਤੇ ਖਾਲੀ ਖੇਲਾਂ ਪਈਆਂ ਨੇ। ਇੱਧਰ ਵੇਖੋ, ਇੱਧਰ ਵੇਖੋ, ਇਹ ਬਾਰਿਸ਼ ਅਤੇ ਤੂਫਾਨ ਦੀ ਵਜ੍ਹਾ ਕੋਲੋਂ ਤਬਾਹੀ ਮੱਚੀ ਆ। ਇੱਧਰ ਦੇਖੋ, ਇਹ ਹੁਣ ਕਿੱਥੇ ਕਿੱਥੇ ਕੋਈ ਨਾ ਕੋਈ ਬੂਟਾ ਨਜ਼ਰ ਆ ਰਿਹਾ ਵੇ, ਇਹ ਵੇਖੋ। ਠੀਕ ਆ, ਤੁਸੀਂ ਮੈਨੂੰ ਲਾਜ਼ਮੀ ਦੱਸਣਾ ਹੈ ਕਿ ਤੁਹਾਡੇ ਇਲਾਕੇ ਵਿੱਚ ਕਪਾਹ ਦਾ ਕੀ ਹਾਲ ਹੈ, ਠੀਕ ਹੈ? ਲਾਜ਼ਮੀ ਦੱਸਣਾ ਕਮੈਂਟ ਵਿੱਚ, ਠੀਕ ਹੋ ਗਿਆ? ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ, ਠੀਕ।